ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਇੱਥੋਂ ਚੌਕਣੇ ਹੋ ਕੇ ਆਵਾਂਗੇ। ਇਹ ਤੁਹਾਨੂੰ ਬੇਨਤੀ ਆ, ਜੇ ਤੁਹਾਨੂੰ ਕਿਸ਼ਨ ਕੁਮਾਰ ਕਹਿੰਦਾ ਵੀ ਆ ਉਹਨੂੰ ਕਹਿ ਦਿਆ ਵੀ ਤੂੰ ਆ ਕੇ ਨੋਟਸ ਕੱਢ ਲਾ, ਮੈਂ ਨੋਟਸ ਨਹੀਂ ਕੱਢਣਾ। ਅਸੀਂ ਸਾਡੀ ਬੇਨਤੀ ਆ, ਇਹ ਨਾ ਕੰਮ ਕਰਿਆ ਠੀਕ ਹੈ ਜੀ। ਕੋਈ ਡੀਓ ਨੀ ਬੋਲਿਆ, ਕੋਈ ਡਾਇਟ ਪ੍ਰਿੰਸੀਪਲ ਨੀ ਬੋਲਿਆ, ਕੱਲਾ ਮੈਂ ਡੀਓ ਬੋਲਿਆ ਸੀ। ਮੈਨੂੰ ਕੇਕੇ ਜੀ ਕਹਿੰਦੇ ਜੀ ਇਹਦਾ ਪੰਜਾਬ ਸਰਕਾਰ ਦਾ ਫੈਸਲਾ। ਉਹ ਤੁਸੀਂ ਵੱਡੇ ਕੇ ਪੜ੍ਹੋ ਪੰਜਾਬ ਵਾਲੇ ਵੱਡੇ, ਗੱਲ ਤਾਂ ਕਲੀਅਰ ਕਰ ਦਿਓ, ਗੱਲ ਕਲੀਅਰ ਕਰੋ ਕਿ ਜ਼ਿਲ੍ਹਾ ਸਿੱਖਿਆ ਅਫਸਰ ਦਾ ਅਹੁਦਾ ਵੱਡਾ ਹੈ ਕਿ ਸਾਡਾ BMT CMT ਵੱਡਾ ਵਾ। ਅਸੀਂ ਇਹ ਗੱਲ ਕਰਦੇ ਹਾਂ ਸਰ, ਤੁਸੀਂ ਵੈਟ ਪਾਓ, ਪਰ ਤੁਸੀਂ ਸਾਡੇ ਕਿਸੇ ਵੀ ਅਧਿਆਪਕ ਨੂੰ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਵੈਟ ਨਾ ਪਵਾਓਗੇ ਤਾਂ ਤੁਹਾਨੂੰ ਸਸਪੈਂਡ ਕਰ ਦਿੱਤਾ ਜਾਊਗਾ, ਕਾਰਨ ਦੱਸੋ ਨੋਟਿਸ ਦਿੱਤਾ ਜਾਊਗਾ। ਇਹ ਸ਼ਬਦਾਵਲੀ ਅਸੀਂ ਨਹੀਂ ਸੁਣਨੀ ਸਕੂਲਾਂ 'ਚ। ਕੱਲ੍ਹ ਮੇਰੇ ਸਕੂਲ ਡਾਇਟ ਪ੍ਰਿੰਸੀਪਲ ਸਰ ਅਤੇ PDO ਸਰ ਅਤੇ ਨਾਲ BMT ਸਤੀਸ਼ ਕੁਮਾਰ ਜੀ ਆਏ ਸੀਗੇ। ਔਰ ਜਦੋਂ ਇਹ ਮੇਰੇ ਸਕੂਲ ਆਏ ਤਾਂ ਮੈਂ ਇੱਕ ਸਾਫ਼ ਗੱਲ ਕਹੀ ਸੀ, ਮੈਂ ਸਰ ਜੀ ਮੈਂ ਪੜ੍ਹੋ ਪੰਜਾਬ ਦੀ ਵੇਸ਼ ਨਹੀਂ ਪਾਉਣੀਗੀ, ਤੁਸੀਂ ਜੀ ਸੱਦ ਕੇ ਪਾਓ, ਤੁਹਾਡਾ ਵੈਲਕਮ ਆ। ਪਰ ਕੀ ਹੋਇਆ ਕਿ ਵਿਜ਼ਨ ਬੁੱਕ ਮੈਂ ਦੇ ਦਿੱਤੀ ਅਤੇ ਸਤੀਸ਼ ਸਰ ਨੇ ਫੜ ਲਈ। ਸਤੀਸ਼ ਸਰ ਕਹਿੰਦੇ ਵੀ ਜਿਵੇਂ ਸਰ ਕਹਿਣਗੇ ਮੈਂ ਮਤਲਬ ਉਹੀ ਲਿਖਣਾ ਹੈਗਾ, ਸਰ ਦਾ ਹੀ ਲਿਖਣਾ ਹੈਗਾ, ਪੜ੍ਹੋ ਪਿਆ ਤਾਂ ਕੁਛ ਲਿਖਣਾ ਨਹੀਂ ਗਾ। ਚਲੋ ਮੈਂ ਪਾਣੀ ਪੂਣੀ ਪਿਆਉਣ ਲੱਗ ਗਿਆ। ਉਹਨੇ ਸਮੇਂ ਦੇ ਵਿੱਚ ਸਤੀਸ਼ ਨੇ ਨਾਮ ਆਪਣਾ ਵਿੱਚ ਲਿਖਤਾ ਅਤੇ ਜਦੋਂ ਮੈਂ ਸਤੀਸ਼ ਨੂੰ ਕਿਹਾ, ਮੈਂ ਸਤੀਸ਼ ਤੂੰ ਆਪਣਾ ਨਾਮ ਕਿਉਂ ਲਿਖਿਆ, ਕਹਿੰਦਾ ਸਰ ਨੇ ਮਤਲਬ ਇਹਨਾਂ ਨੇ ਕਿਹਾ ਸੀ ਤਾਂ ਪਾਉਣੇ ਪਾਉਣਾ ਵਿੱਚ ਨਾ ਪੜ੍ਹੋ ਪਿਆ ਦੇ ਵਿੱਚ ਪਾਉਣਾ। ਮੈਂ ਜੀ ਸਰ ਨੂੰ ਵੀ ਕਿਹਾ ਸੀਗਾ, ਡਾਇਟ ਪ੍ਰਿੰਸੀਪਲ ਨੂੰ ਕਿਹਾ, ਮੈਂ ਸਰ ਨਾਮ ਮੈਂ ਕੱਟ ਦੇਣਾ ਹੈ ਠੀਕ ਹੈ ਜੀ। ਉਹ ਮੈਂ ਨਾਮ ਕੱਟਤਾ। ਮੈਂ ਉਹ ਤੋਂ ਬਾਅਦ ਵਿੱਚ ਪਾਉਣ ਤੋਂ ਬਾਅਦ ਥੱਲੇ ਸੈਂਡ ਕਰਨ ਦੀ ਕੋਸ਼ਿਸ਼ ਕੀਤੀ ਪੜ੍ਹੋ ਪਿਆ ਵਾਲਿਆਂ ਨੇ, ਮੈਂ ਉਹ ਨਹੀਂ ਕਰਵਾਈ। DO ਸਰ ਅਤੇ ਡਾਇਟ ਪ੍ਰਿੰਸੀਪਲ ਨੇ ਸੈਂਡ ਕੀਤੇ ਥੱਲੇ ਔਰ ਕੱਲ੍ਹ ਵਿਸ਼ ਨਹੀਂ ਪਈਗੀ ਪੜ੍ਹੋ ਪੰਜਾਬ ਦੀ ਮੇਰੇ ਸਕੂਲ 'ਚ। ਪਰ ਡਾਇਟ ਪ੍ਰਿੰਸੀਪਲ ਨੇ ਜ਼ਰੂਰ ਕਿਹਾ ਸੀਗਾ ਗੱਲਾਂ ਇਹ ਵੀ ਪ੍ਰਦੀਪ ਤੁਹਾਨੂੰ ਪਤਾ ਵੀ ਇਹ ਤੁਸੀਂ ਜੇ ਨਾਮ ਵਿੱਚ ਪਾਓ ਤਾਂ ਸਸਪੈਂਡ ਵੀ ਟੀਚਰ ਹੋ ਸਕਦੇ ਆ, ਕਾਰਨ ਦੱਸੋ ਨੋਟਸ ਵੀ ਆ ਸਕਦਾ ਵਾ। ਮੈਂ ਕਿਹਾ ਸੀਗਾ ਵੀ ਅਸੀਂ ਮੰਚ ਦੇ ਨਾਲ ਆ, ਜਿਵੇਂ ਯੂਨੀਅਨ ਕਹੂਗੀ ਉਵੇਂ ਇਹ ਚੱਲਣਾ ਹੈਗਾ। ਇਹਨਾਂ ਨੂੰ ਇਹ ਨਾ ਕਹੀ ਬਹੁਤ ਵੱਡਾ ਰੂਪ ਧਾਰਨ ਕਰ ਗਈ ਹੈ ਔਰ ਉਹ ਰੂਪ ਇਸ ਕਦਰ ਤੇ ਆ ਕਿ ਅੱਜ ਜਿਹੜਾ ਕਿਸ਼ਨ ਕੁਮਾਰ ਕਹਿੰਦਾ ਸੀਗਾ ਜਿਹਦੇ ਅੰਦਰ ਜਾਣ ਤੋਂ ਸਾਡੇ DO ਵੀ ਡਰਦੇ ਸੀਗੇ, ਉੱਥੇ BPO ਵੀ ਡਰਦੇ ਸੀਗੇ, ਜਿਹਨਾਂ ਦੀ ਬੇਇੱਜ਼ਤੀ ਕੀਤੀ ਜਾਂਦੀ ਸੀ ਉੱਥੇ ਗਿਆਨ ਦੀ, ਅੱਜ ਇਕੱਲੇ ਇਕੱਲੇ ਅਧਿਆਪਕ ਨੇ ਕਿਸ਼ਨ ਕੁਮਾਰ ਨੂੰ ਮੈਸੇਜ ਕੀਤਾ ਕਿ ਕਿਸ਼ਨ ਕੁਮਾਰ ਤੇਰੇ ਇਸ ਪ੍ਰੋਜੈਕਟ ਦਾ ਅਸੀਂ ਬਾਈਕਾਟ ਕੀਤਾ, ਤਾਂ ਤੂੰ ਸਾਡਾ ਕਰਦਾ ਕੀ ਹੈ, ਦੱਸੋ ਹਿੰਮਤ ਪਈ ਹੈ ਕਿਸੇ 'ਤੇ ਕਾਰਵਾਈ ਕਰਨ ਦੀ, ਕਿਸੇ 'ਤੇ ਕੋਈ ਕਾਰਵਾਈ ਨਹੀਂ ਕਰ ਸਕਿਆ ਕਾਰਨ